ਸਰ ਘਰ ਤਾਂ ਥੋੜਾ ਬਹੁਤ ਸੋਹਣਾ ਬਣਿਆ ਹੋਇਆ, ਬਸ ਲਾਸਟ ਦੱਸੋ ਕਿੰਨੇ ਤੱਕ ਛੱਡੋਗੇ? ਦੇਖੋ ਜੀ, ਮਾਰਕੀਟ ਦੇ ਵਿੱਚ ਵੈਸੇ ਤਾਂ 2.5 ਕਰੋੜ ਦਾ ਰੇਟ ਚੱਲਦਾ, ਤੁਹਾਡੇ ਲਈ 2-30 ਤੱਕ ਕਰ ਲਾਂਗੇ। ਸਰ 2-20 ਦਾ ਫਾਈਨਲ ਕਰ ਲਓ, ਮੇਰੇ ਵੱਲੋਂ ਡੀਲ ਪੱਕੀ ਹੈ। ਚਲੋ ਤੁਸੀਂ ਇੰਨਾ ਕਹਿ ਰਹੇ ਹੋ ਤਾਂ 2-20 'ਚ ਫਾਈਨਲ ਕਰਦੇ ਹਾਂ। ਉਹ ਇੱਕ ਸੈਕਿੰਡ, ਤੂੰ ਆ ਪ੍ਰਾਪਰਟੀ ਦੇ ਡਾਕੂਮੈਂਟ ਸਰਸਾ ਹੀ ਚੈੱਕ ਕੀਤੇ? ਹੁਣ ਸਰਸੇ ਵਾਲੇ ਇਹਦੇ 'ਚ ਕੀ ਲੈਣਾ ਗਿਆ? ਉਹ ਭਾਈ ਸਾਹਿਬ, sarsai.org.in ਇੱਕ ਗਵਰਨਮੈਂਟ ਵੈਬਸਾਈਟ ਹੈ। ਕੋਈ ਵੀ ਬੈਂਕ ਜਦੋਂ ਕਿਸੇ ਪ੍ਰਾਪਰਟੀ ਤੇ ਲੋਨ ਦਿੰਦਾ ਤਾਂ ਉਸ ਪ੍ਰਾਪਰਟੀ ਦੀ ਡਿਟੇਲ ਉਹਨੂੰ ਇਸ ਵੈਬਸਾਈਟ ਤੇ ਅਪਲੋਡ ਕਰਨੀ ਮੈਂਡੇਟਰੀ ਹੈ। ਤੇ ਕੋਈ ਵੀ ਬੰਦਾ ਕਿ ਨੋਮੀਨਲ ਜੀ ਫੀਸ ਦੇ ਕੇ ਪ੍ਰਾਪਰਟੀ ਦਾ ਐਡਰੈਸ ਦੇਖ ਕੇ ਇਹ ਸਾਰੀਆਂ ਚੀਜ਼ਾਂ ਚੈੱਕ ਕਰ ਸਕਦਾ ਕਿ ਪ੍ਰਾਪਰਟੀ ਤੇ ਕੋਈ ਲੋਨ ਵਗੈਰਾ ਤਾਂ ਨਹੀਂ ਚੱਲ ਰਿਹਾ ਜਾਂ ਫਿਰ ਪ੍ਰਾਪਰਟੀ ਦਾ ਅਸਲੀ ਓਨਰ ਕੌਣ ਹੈ। ਚਲਾ ਜਾ ਇਸ ਪ੍ਰਾਪਰਟੀ ਦੀ ਡਿਟੇਲ ਚੈੱਕ ਕਰਦੇ ਹਾਂ। ਆ ਦੇਖ ਸਰ, ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਵੀ ਘਰ ਤੇ 1.5 ਕਰੋੜ ਦਾ ਲੋਨ ਵੀ ਚੱਲ ਰਿਹਾ ਹੈ, ਤੇ ਤੁਸੀਂ ਇਸ ਘਰ ਦੇ ਅਸਲੀ ਓਨਰ ਨਹੀਂ ਹੋ। ਕੀ ਗੱਲ, ਕਾਫੀ ਸਕੇਅਰਡ ਲੱਗ ਰਹੇ ਹੋ।